ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਇੱਕ ਨਵਾਂ ਕਾਰਨਾਮਾ। ਚੋਣ ਜ਼ਾਬਤੇ ਦੌਰਾਨ 2500 ਕਰੋੜ ਦਾ ਲੋਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ, ਜਿਹੜਾ ਕਿ 2037 ਤੱਕ ਭਰਨਾ। ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰ ਤਾਂ ਤੁਹਾਡੀ 2027 ਤੱਕ ਹੈ, ਤੇ ਜਿਹੜੇ ਹਾਲਾਤ ਨੇ ਪਤਾ ਨਹੀਂ 27 ਤੋਂ ਪਹਿਲਾਂ ਹੀ ਲੋਕਾਂ ਨੇ ਤੁਹਾਨੂੰ ਉਰੇ ਭਜਾ ਦੇਣਾ, ਤੇ 37 ਤੱਕ ਦਾ ਲੋਨ। ਔਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ 2 ਸਾਲਾਂ ਦੇ ਵਿੱਚ 75,000 ਕਰੋੜ ਦੇ ਲੋਨ ਤੱਕ ਤੁਹਾਡੀ ਸਰਕਾਰ ਪਹੁੰਚ ਚੁੱਕੀ ਹੈ। ਕੋਈ ਵੱਡਾ ਹਾਈਵੇ ਤੁਸੀਂ ਨਹੀਂ ਬਣਾਇਆ, ਹਸਪਤਾਲ ਤੁਸੀਂ ਨਹੀਂ ਬਣਾਇਆ, ਵੱਡਾ ਕੋਈ ਕਾਲਜ ਨਹੀਂ ਬਣਾਇਆ। ਇਹ 75,000 ਕਰੋੜ ਲਾਇਆ ਕਿੱਥੇ? ਅਰਵਿੰਦ ਕੇਜਰੀਵਾਲ ਨੂੰ ਜਾਂ ਤਾਂ ਹੈਲੀਕਾਪਟਰਾਂ ਚ ਘੁਮਾਉਣ ਦੇ ਲਈ, ਜਾਂ ਸਾਰੇ ਦੇਸ਼ ਦੇ ਵਿੱਚ ਇੱਕ ਇੱਕ ਪੇਜ ਦਾ ਇਸ਼ਤਿਹਾਰ ਜਿਹੜਾ ਲਾਇਆ ਅਰਵਿੰਦ ਕੇਜਰੀਵਾਲ ਦੇ ਮਗਰ, ਮਿਜ਼ੋਰਮ, ਨਾਗਾਲੈਂਡ, ਕੇਰਲਾ, ਮਨੀਪੁਰ, ਤੇ ਹਾਲਾਤ ਇਹ ਬਣੇ ਕਿ ਜੀ ਅਰਵਿੰਦ ਕੇਜਰੀਵਾਲ ਤਾਂ ਜੇਲ੍ਹ ਦੇ ਵਿੱਚ ਬੈਠਾ, ਪੰਜਾਬ ਤੁਸੀਂ ਲਟਾਤਾ, ਲੋਕ ਅੱਜ ਤੁਹਾਨੂੰ ਲੱਭਦੇ ਫਿਰਦੇ ਨੇ, ਤੁਹਾਨੂੰ ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਵੜਨਾ ਔਖਾ ਹੋਇਆ ਪਿਆ ਆਮ ਆਦਮੀ ਪਾਰਟੀ ਦਾ। ਇਹ ਹਾਲਾਤ ਸੀ, ਔਰ ਦਾਅਵੇ ਕੀ ਸੀ? ਓਕੇ ਜੀ, ਅਸੀਂ 50,000 ਕਰੋੜ ਤਾਂ 1 ਸਾਲ ਚ ਹੀ ਕਮਾ ਲਿਆ ਕਰਾਂਗੇ, ਰੇਤੇ ਚੋਂ ਇੰਨਾ ਕੱਢ ਲਾਂਗੇ, ਐਕਸਾਈਜ਼ ਚੋਂ ਏਡਾ ਕੱਢ ਲਾਂਗੇ। ਸੋ ਤੁਹਾਡੇ ਦਾਅਵਿਆਂ ਦੀ ਤਾਂ ਫੂਕ ਨਿਕਲੀ, ਤੁਸੀਂ ਤਾਂ ਪੰਜਾਬ ਦੀ ਫੂਕ ਕੱਢਣ ਤੇ ਲੱਗੇ ਹੋ। ਭਗਵੰਤ ਮਾਨ ਸਾਹਿਬ, ਅੱਜ ਪੰਜਾਬ ਦੀ ਜਨਤਾ ਜਵਾਬ ਮੰਗਦੀ ਹੈ, ਔਰ ਖਾਸ ਕਰਕੇ ਚੋਣ ਜ਼ਾਬਤੇ ਦੇ ਦੌਰਾਨ ਜਿਹੜਾ 2500 ਕਰੋੜ ਦਾ ਲੋਨ ਲਿਆ, ਕਿਉਂਕਿ ਤਨਖਾਹਾਂ ਤੁਸੀਂ ਮੁਲਾਜ਼ਮਾਂ ਨੂੰ ਦੇ ਨਹੀਂ ਰਹੇ। ਲਾਅ ਐਂਡ ਆਰਡਰ ਦਾ ਪੰਜਾਬ ਦੇ ਵਿੱਚ ਪਹਿਲਾਂ ਹੀ ਬੁਰਾ ਹਾਲ ਹੈ, ਪੁਲਿਸ ਮੁਲਾਜ਼ਮਾਂ ਤੱਕ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ, ਇਹਦੀ ਕੀ ਜਵਾਬਦੇਹੀ?